मम्मी जी, मम्मी जी, मम्मी जी। हाँ की है? आप पैसे फड़ लो। अहे पैसे फड़ाने से 2 मिनट बाद जो फड़ा रहे मैनू चेचा मैं उठा के पैसे फड़ा रही हूँ। मम्मी मैं कितनी देर की वेट करनी कि तुम हूँ उठ दो हार के। मैं चल मैं ठा लेनी है तुम। हाँ जी अख मेरी हूने ही लगी सी कदों की ठान रही सी। तो आप पैसे फड़ लो। उन्होंने फड़ाए ही कहें कि मम्मी नू दे दी ते नाले कह दी कि फजूल खर्ची ना कितने भी करे। तो फिर तू अपने कोई रख ला। मम्मी फजूल खर्ची ना करे। मम्मी फजूल खर्ची क्या कर दी है? मम्मी उन्होंने तानू नहीं कहा सानू दोवां नू कहा। दोवां नू कहा तानू जेड़ा ना फड़ाया करा मैनू। मैं तो जिथे खर्च करने ही हाँ। मैं तो मम्मी तानू दसन डई हूँ उन्होंने गल। दसन डई हाँ पता नहीं बाहर कौन आया वा। शरबत नींबू पानी बना लिया कुड़ी गर्मी चो आई मेरे तो बाजी हुणा नूं पता हुंदा वा। क्यों बाजी नूं क्या पता होना है? बलजिंदर तू चंगी तरह जानदी है कि तेरा घर वाला की करवाउण डिया मेरे घर वाले। न्याणी हजे हुणे आई नहीं ते पहला लग पई भौंकण। मेनू नी एवें चंगा लगदा गा। ए जदों उठदी आ मेरे घर वाले नू ताने देना शुरू कर दिंदी आ। ना ना कर जिन तक मैं बैठी आ तेरे मैं दसा इन्हां दे मगर लगदी आ। मैं साड़ के रखता या चल चुप कर ठंडी हो मेरी धी। मेरी गल सुन तेन पैसे दिते से तेरी एक्टिवा जोगे एक्टिवा ले ली। आहो मम्मी ले ली है। मैं चल आई है। मैं अच्छा तो आई है। और चल चुप कर इन्हों ना दसी। आहो नहीं नहीं तुम इवें ना टेंशन लो। नहीं दसती मैं कोई गल नहीं। नहीं दसती मेरी गल सुनो तुम भी कि बच के रहे हो ना कि वीर नू पता लग जाए। नहीं नहीं मैं पैसे दिते मैं नहीं पता लगन दे। तू चुप के नारिया चड़ेल नू ना पता लग जाए। नहीं नहीं लगन दंदे आ। आहो ये भी मछली हो ये भी। मैं भी नोट करनी आ इहदे ते कितना मा हाल चाल ही बदलिया होया सारा। कोई गल नहीं तू परवाह ना कर। तू दस खाना की हो। मम्मी खाना कुछ बारो मंगवाओ। हां पचदी ਆਂਦਿਆਂ ਤਾਂ ਪਹਿਲਾਂ ਕੁੜੀ ਨੂੰ ਪੈ ਗਈ ਆ ਤੇ ਹੁਣ ਚਾਹ ਪਿਆ ਦਵਾਂ ਮੈਂ। ਮੰਮੀ ਉਹ ਤੇ ਜਿੱਦਾਂ ਦੀ ਗੱਲ ਇਹਨੇ ਕੀਤੀ ਤੁਸੀਂ ਕੀ ਚੱਲ ਛੱਡੋ ਨਾ ਤੂੰ। ਨਹੀਂ ਮੈਂ ਹਾਲ ਹੀ ਪੁੱਛਿਆ ਸੀ ਕਿ ਮੈਂ ਤੇ ਰੇਟ ਮਾਰ ਦਿੱਤੀ ਸੀ ਤੇ ਮੈਂ ਵੀ ਬਲਜਿੰਦਰ ਤੈਨੂੰ ਹਾਲ ਹੀ ਦੱਸਿਆ। ਮੈਂ ਤੈਨੂੰ ਕੀ ਕਹਿਤਾ ਜੋ ਕੁਛ ਹੈਗਾ ਮੈਂ ਉਹ ਹੀ ਅਸਲੀ ਤਾਂ ਦੱਸੀ ਆ। ਤੂੰ ਫੇਰ ਮੇਰੇ ਘਰ ਵਾਲੇ ਤੇ ਕਿਉਂ ਆਈ ਤੇ ਘਰ ਵਾਲਾ ਕੁਛ ਕਰਦਾ ਉਹਨੂੰ ਕੁਛ ਹੀ ਜਾ ਕੇ। ਚੱਲ ਬਹਿ ਜਾ
ਰਮਾਨ ਨਾਲ ਬਹਿ ਜਾ ਇਹਦੀ ਤੇ ਜ਼ਬਾਨ ਹੀ ਨਹੀਂ ਬੰਦ ਹੋਣੀ ਇਹਦੀ ਨਹੀਂ ਹੋਣੀ ਤੂੰ ਹੀ ਹਾਰ ਜਾਣਾ ਤੇ ਇੰਨੇ ਹੀ ਹਾਰ ਹੁੰਦੇ ਰਹੋ ਸਾਰੀ ਉਮਰ ਮੈਨੂੰ ਇੰਜ ਕਰ ਜੱਟ ਕੇ ਭਾਂਡੇ ਮਾਂਜਿਆ ਬਹਿ ਨਾ ਇੱਥੇ ਚੱਲ ਜਾ ਭਾਂਡੇ ਮਾਂਜ ਕੇ ਆ ਜਿਹੜਾ ਖਾਦਾ ਪੀਤਾ ਜੇ ਮੰਮੀ ਮਾਂ ਮਾਂਜ ਲੈ ਨਹੀਂ ਭਾਂਡੇ ਮੈਂ ਹੀ ਮਾਂਜਣੇ ਤੁਹਾਨੂੰ ਕਦਾ ਫਿਕਰ ਪਿਆ ਚੱਲ ਚੱਲ ਮਾਂਜ ਕੇ ਆਓ ਜੜ ਚੱਲ ਚੱਲ ਜਾ ਦੋ ਮਿੰਟ ਦੇ ਮੈਂ ਨਹੀਂ ਜਾਣਾ ਕੇ ਲੱਗੇ ਅਸ ਮੈਨੂੰ ਕੀ ਕੰਮ ਹੈ ਭੇਜਤਾ ਇਹਨੂੰ ਬਾਹਰ ਮੈਂ ਆਹੋ ਮੰਮੀ ਕੰਮ ਇਹ ਆ ਬਈ ਮੈਨੂੰ ਥੋੜੇ ਨਾ ਪੈਸੇ ਚਾਹੀਦੇ ਸੀ ਫਿਰ ਪੈਸੇ ਚਾਹੀਦੇ ਆ ਹਾਂਜੀ ਕੀ ਕਰਨੇ ਪੈਸੇ ਉਹ ਮੰਮੀ ਵੈਸੇ चलो जे हैंडल कर लोगे फिर ठीक है मैं दे दो फिर पैसे मैं जावा फिर मैं काली अटकी जी जाना है चल दिनी तेन चल दिनी ਆਪਣੀ ਧੀ ਦੀ ਤੇ ਮਦਦ ਕਰਾਂ ਨਾ ਮੈਂ ਇੰਨਾ ਬਿਮਾਰੀ ਪੈਣਿਆਂ ਨੇ ਕਿਹੜਾ ਮੈਨੂੰ ਪੁੱਛਣਾ ਹੈਗਾ ਜੋ ਕੁਝ ਆ ਮੇਰੀ ਧੀ ਨੇ ਮੈਨੂੰ ਪੁੱਛਣਾ ਉਹਦੀ ਮਦਦ ਤਾਂ ਮੈਂ ਕਰਨੀ ਹੀ ਕਰਨੀ ਚੁੱਪ ਕਰਕੇ ਨਾ ਆਲੇ ਫੜ ਪਰਚ ਪਾਲਾ ਤਾਂ ਬਤਾਓ ਆਉਣਾ ਜਾਵੇ ਕੋਈ ਵੀ ਠੀਕ ਆ ਕੋਈ ਗੱਲ ਜਿਹੜੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਦੱਸਣਾ ਹੈ ਪਰਵਾਹ ਨਹੀਂ ਕਰਨੀ ਹਾਂ ਠੀਕ ਠੀਕ ਆ ਕੋਈ ਗੱਲ ਨਹੀਂ ਤੂੰ ਇੰਨਾ ਮਗਰ ਨਹੀਂ ਲੱਗਣਾ थोड़ा ना ख्याल कर लिया करो जो मैं आई हो घर से चज न बोल लिया करो कुछ नहीं बस चलिया हिसाब है रात रखने वाला चली है मैं चल ठीक है ਚੱਲੀ ਹੈ ਕੀ ਪਤਾ ਕਿੱਧਰ ਆਈ ਅਤੇ ਕਿੱਧਰੋਂ ਜਾਣ ਡਈ ਹੈ ਕੋਈ ਸਮਝ ਲੱਗਦੀ ਹੈ ਇਹਦੀ ਮਿੰਟ 'ਚ ਆਈ ਅਤੇ ਮਿੰਟ 'ਚ ਮਾਂ ਲੱਗੇ ਬੈਠੀ ਆ ਪਤਾ ਨਹੀਂ ਕੀ ਘੁਸਰ ਘੁਸਰ ਕੀਤਾ ਵਾ ਅਤੇ ਗਾਂਹ ਚੱਲੀ ਆ ਹੈ ਜੇ ਘਰ ਵਾਲਾ ਵਾ ਅਤੇ ਉਹ ਇਹਨਾਂ ਨੂੰ ਨਹੀਂ ਜੀਣ ਦਿੰਦਾ ਜੋ ਪੁੱਠੀ ਆਦਤ ਆ ਮੇਰੇ ਘਰ ਵਾਲੇ 'ਚ ਪਾ ਛੱਡੀ ਪਤਾ ਨਹੀਂ ਇਹਨਾਂ ਤਾਂ ਸਾਡਾ ਘਰ ਹੀ ਜਾੜ ਦੇਣਾ ਕੀ ਬੰਦਾ ਚੰਗਾ ਜਾਵੇ ਇਹਨੂੰ ਚੱਜ ਦੀਆਂ ਗੱਲਾਂ ਕਰੋ ਤਾਂ ਚੰਗਾ ਚਾਹੀਏ ਜੇ ਛੋਟੀ ਆ ਤਾਂ ਉਹਨੂੰ ਘਰੋਂ ਕਢਾ ਦਿੱਤਾ ਹੈ ਚੰਗਾ ਭਲਾ ਵਸਦਾ ਰਸਦਾ ਘਰ ਸਾਡਾ ਅੱਧਾ ਜਾੜ ਕੇ ਰੱਖਤਾ ਪਤਾ ਨਹੀਂ ਚਾਹੁੰਦੀ ਕੀ ਆ ਆਉਣਾ ਬੰਦਾ ਬੰਦਿਆਂ ਨੂੰ ਆਵੇ ਹੈਲੋ ਹਾਂਜੀ ਜਿਹੜਾ ਕੰਮ ਕਿਹਾ ਸੀ ਤੁਸੀਂ ਮੈਂ ਕਰ ਰਹੀ ਹਾਂ ਲੈ ਪੈਸੇ ਕਢਾਉਣਾ ਤਾਂ ਮੇਰੇ ਬਾਏ ਹੱਥ ਦਾ ਖੇਲ ਆ 5000 ਕਢਾ ਲਿਆਈ ਮੰਮੀ ਕੋਲ ਪਰ ਨਹੀਂ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਾ ਆਹੋ ਅੱਜ ਵੈਸੇ ਉਹ ਜਿਹੜੀ ਵੱਡੀ ਆ ਉਹ ਮੇਰੇ ਨਾਲ ਔਖੀ ਜ਼ਰੂਰ ਹੋ ਗਈ ਸੀ ਇੱਕ ਵਾਰੀ ਅਤੇ ਹੋਰ ਓਏ ਹੋਏ ਗੱਲ ਤਾਂ ਸੁਣ ਲਓ ਪੂਰੀ ਗੱਲ ਇਵੇਂ ਹੋਈ ਵੀ ਮੇਰੇ ਨਾਲ ਲੜ ਪਈ ਮੈਂ ਵੀਰੇ ਦਾ ਹਾਲ ਪੁੱਛਿਆ ਅਤੇ ਕਹਿੰਦੀ ਆ ਤੁਹਾਡੇ ਮਗਰ ਹੀ ਲੱਗਾ ਹੈ ਤੁਹਾਨੂੰ ਹੀ ਪਤਾ ਹੋਣਾ ਕਿੱਥੇ ਜਾਂਦਾ ਕਿੱਥੇ ਨਹੀਂ ਅਤੇ ਮੈਂ ਤਾਂ ਇੱਕ ਵਾਰੀ ਤਾਂ ਪੂਰਾ ਘਬਰਾ ਜਿਹਾ ਗਈ ਕਿ ਇਹਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਵੀ ਅਸੀਂ ਵੀਰੇ ਨੂੰ ਮਗਰ ਲਾਇਆ ਹੈ ਅਸੀਂ ਉਹਨੂੰ ਪੁੱਠੀਆਂ ਆਦਤਾਂ ਪਾਉਂਦੇ ਪਏ ਹਾਂ ਇਹ ਤਾਂ ਸਾਨੂੰ ਦੋਨਾਂ ਨੂੰ ਪਤਾ ਹੈ ਨਾ ਇਹ ਤਾਂ ਮੰਮੀ ਨੂੰ ਵੀ ਨਹੀਂ ਗੱਲ ਪਤਾ ਹੈ ਅਤੇ ਫਿਰ ਕਿਸੇ ਤਰ੍ਹਾਂ ਮੈਂ ਯਾਰ ਮੈਂ ਵੀ ਅੱਗੋਂ ਫਿਰ ਔਖੀ ਹੋ ਗਈ ਹੋਰ ਕੀ ਹੋਣਾ ਹੀ ਪੈਣਾ ਸੀ ਫਿਰ ਹਾਂ ਅਸੀਂ ਛੋਟੀ ਨੂੰ ਤਾਂ ਕਿਸੇ ਤਰ੍ਹਾਂ ਕਢਾ ਦਿੱਤਾ ਆ ਘਰੋਂ ਬਾਹਰ ਅਤੇ ਆ ਜਿਹੜੀ ਵੱਡੀ ਆ ਨਾ ਇਹ ਬੜੀ ਚਲਾਕ ਹੈਗੀ ਜੇ ਚੁਸਤ ਚਲਾਕ ਹੈਗੀ ਆ ਇਹਨੂੰ ਹਰ ਗੱਲ ਦਾ ਪਤਾ ਲੱਗ ਜਾਂਦਾ ਜੇ ਪਤਾ ਨਹੀਂ ਕੀ ਆ ਜਾਂ ਫਿਰ ਲੁਕ ਲੁਕ ਕੇ ਦੇਖਦੀ ਰਹਿੰਦੀ ਆ ਹੁਣ ਨਾ ਸਾਨੂੰ ਸੰਭਲ ਕੇ ਤੁਰਨਾ ਪੈਣਾ ਹੈ ਉਹਨੂੰ ਤਾਂ ਇਹ ਵੀ ਨਹੀਂ ਗੱਲ ਦਾ ਪਤਾ ਜੇ ਵੀ ਮੈਂ ਜਿਹੜਾ ਹਫ਼ਤੇ ਬਾਅਦ ਦਾਲ ਆਉਂਦੀ ਹਾਂ ਹੋਰ ਅਤੇ ਮੇਰੀ ਗੱਲ ਸੁਣੋ ਹੁਣ ਨਾ ਉਹ ਅੱਗੋਂ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਵੱਡੀ ਨੇ ਵੀ ਠੀਕ ਆ ਅਤੇ ਆਪਾਂ ਜਿਹੜਾ ਜਾਇਦਾਦ ਦਾ ਕੰਮ ਹੈ ਨਾ ਹੁਣ ਇਹ ਜਲਦੀ ਕਢਵਾ ਲਈਏ ਅਤੇ ਤੁਸੀਂ ਨਾ ਵਸੀਕੇ ਨਾਲ ਪਹਿਲਾਂ ਹੀ ਗੱਲ ਗੁੱਲ ਕਰ ਛੱਡੋ ਅਤੇ ਮੰਮੀ ਕੋਲ ਜਿਹੜੇ ਸਾਈਨ ਕਰਾਉਣੇ ਆ ਨਾ ਮੈਂ ਆਪੇ ਕਰਵਾ ਲੂੰਗੀ ਉਹਦੀ ਨਾ ਤੁਸੀਂ ਟੈਨਸ਼ਨ ਲਓ ਮੰਮੀ ਤਾਂ ਮੰਮੀ ਨੂੰ ਤਾਂ ਮੈਂ ਜਿੱਥੇ ਕਹਿਣਾ ਉਹਨੇ ਉੱਥੇ ਸਾਈਨ ਕਰ ਦੇਣੇ ਆ ਵੀਰੇ ਨੇ ਵੀ ਉੱਥੇ ਸਾਈਨ ਕਰ ਦੇਣੇ ਆ ਅਤੇ ਜਿਹੜਾ ਪਵਾੜਾ ਹੈਗਾ ਉਹ ਵੱਡੀ ਦਾ ਹੈਗਾ ਆ ਉਹ ਨਹੀਂ ਮੈਨੂੰ ਪਤਾ ਵੀ ਉਹਨੂੰ ਕਿੱਥੋਂ ਪਤਾ ਲੱਗਾ ਆ ਕਿੱਥੋਂ ਨਹੀਂ ਹਾਂ ਆਹੋ ਤੁਸੀਂ ਠੀਕ ਹੈ ਹਾਂ 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 ਆਹੋ ਤੁਸੀਂ ਜਾਇਦਾਦ ਦਾ ਕੰਮ ਪਹਿਲਾਂ ਕਰਵਾਓ ਹੋਰ ਕੀ ਛੋਟੀ ਤਾਂ ਹੈਗੀ ਸੀ ਭੋਲੀ ਭਾਲੀ
ते जड़ी वड्डी है बड़ी चलाक जी, इन्हें नहीं सानू अगे तो न्या कर देना। होर आहो चलो कोई गल नहीं, फिर तुम आ जाओ घर, फिर तुम मैं पूरी गल दस दी, फिर अं जो अगे प्लैन करना है ना वो फिर अं सारा बनाइए किस तरह करना किस तरह नहीं। हाँ चलो ठीक है ओके। चलाक बनदियाँ मेरी धी तो मैं तोड़ दियाँ, मैं तो अपनी धी में भी हिस्सा पूरा पूरा देना है। जड़ियाँ दोवें जनिया चादर वाले एक तो निकल गई है ना, ये बहुत ही वड्डी चलाक बनती फिरती, इन मैं दसूंगी। हेलो हाँ जी कित्थे हो? अच्छा ठीक आ, ते मेरी गल सुनो, वो फाइल कित्थे रखी जे? अच्छा अलमारी दे विच। ते हाँ मैं अज चली ही उधर मम्मी वल, मैं क्या साइंस वीन करवा ही लियाई है, फिर करिए काम नूं अंजाम देईए फिर, है ना जी? हाँ हाँ तुसीं टेंशन ना लो, कोई नहीं वो मम्मी को मैं साइन करवा लैणे मिंटा विच। हाँ चलो ठीक है फिर ओके। किन्ने चाहिए? ਮੈਨੂੰ 50,000 ਦੀ ਲੋੜ ਆ। 50,000 ਦੀ? 50,000 ਤੇ ਨਹੀਂ ਹੋਣਾ, 30-40,000 ਰੁਪਇਆ ਹੋਣਾ। ਆਹੋ ਮੰਮਾ ਕੋਈ ਵਸੀਲਾ ਕਰੋ, ਇਹ ਕਰੋ, ਥੋੜ੍ਹਾ ਜਿਹਾ ਮੇਰੀ ਮਦਦ ਕਰੋ, ਮੈਂ ਤਾਂ ਆਪ ਬੜੀ ਪਰੇਸ਼ਾਨ ਜੀ ਹੋਈ ਪਈ ਹਾਂ। ਅਤੇ ਮੇਰੀ ਗੱਲ ਸੁਣ, ਤੇਰੀਆਂ ਚੂੜੀਆਂ ਕਿੱਥੇ ਗਈਆਂ ਸੀ? ਉਹ ਵੀ ਉਹਨਾਂ ਕਰਕੇ ਦੇਣੀਆਂ ਪਈਆਂ ਆ। ਕਿਉਂ ਕੀ ਹੋ ਗਿਆ? ਕੁਛ ਨਹੀਂ, ਉਹ ਡਾਊਨ ਚੱਲਣ ਦਿਆ ਨਾ, ਤਾਂ ਫਿਰ ਉਹ ਪੈਸੇ ਪੂਹੇ ਕਿਤੇ ਦੇਣੇ ਸੀ। ਅੱਛਾ, ਅਤੇ ਫਿਰ ਉਹਦੇ ਕਰਕੇ ਵੇਚਣੀਆਂ ਪਈਆਂ ਫਿਰ। ਖਲੋ ਜਾ, ਇਹਦੇ ਪੇਕੇ ਆਈਆਂ ਸੀ ਚੂੜੀਆਂ। ਸੱਚੀ? ਆਹੋ ਉਹ ਇਹਨੂੰ ਦੇ ਕੇ ਗਏ ਸੀ ਸੋਨੇ ਦੀਆਂ ਚੂੜੀਆਂ। ਤੇ ਦੋ ਫਿਰ ਮੈਨੂੰ ਪੈਸੇ ਉਹਦੀ ਛੜਾ ਦਿੰਦੇ ਮਤਲਬ। ਤੇ ਕਮੇਟੀ ਉਹਦੀ ਨਿਕਲੀ ਸੀ, ਉਹਨੇ ਵੱਡੀ ਨੇ ਕਮੇਟੀ ਪਾਈ ਸੀ ਆਪਣੀ, ਤੇ ਉਹਦੀ ਕਮੇਟੀ ਨਿਕਲੀ, ਉਹਦਾ 40,000 ਰੁਪਇਆ ਉਹਨੇ ਮੈਨੂੰ ਫੜਾਇਆ ਸੀ, ਤੇ ਉਹ ਮੈਂ ਦੇ ਦੇਣੀ ਹੈ। ਦੇਣੀ ਦੇਣੀ ਮੈਂ ਖੋਜਾ ਖੋਜਾ। ਪਾਣੀ ਪੁਣੀ ਨਹੀਂ ਉਹ ਪਹਿਲਾਂ ਦੇਣਾ? ਨਹੀਂ ਨਹੀਂ ਪਾਣੀ ਦੀ ਨਹੀਂ ਜ਼ਰੂਰਤ ਕੋਈ ਗੱਲ। ਅੱਛਾ 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 ਚੱਲ ਠੀਕ ਹੈ, ਮੈਂ ਤਾਂ ਫੜਾ ਲਈ। सोने दी चूड़ियां ही। अच्छा ठीक है, पता नहीं लगना चाहिए। नहीं नहीं अच्छा मम्मा ये ना आना फाइल गई इन्होंने दी ही, कहते साइन सुइन करवाने कुछ, तो आ कर दो थोड़े साइन। ये पुत कहती फाइल हैगी है? ਇਹ ਫਾਈਲ ਕੋਈ ਕੰਮ ਕੁੰਮ ਦੀ ਆ, ਬਿਜ਼ਨਸ ਉਹਨਾਂ ਦੇ ਰਿਲੇਟਡ ਆ, ਕੋਈ ਨਹੀਂ ਬਿਜ਼ਨਸ ਦੀ ਆ ਤੇ ਕਰ ਦੋ। ਹਾਂ ਚੱਲ ਲਿਆ ਮੈਂ ਕਰ। ਹਾਂ ਹੋਰ ਨਿਕਲਵਾ, ਦੱਸ ਮੈਨੂੰ ਕਿੱਥੋਂ ਸੈਂ? ਮੈਂ ਤੁਹਾਡੇ ਕੋਲ ਥੋੜੀ ਨਾ ਗਲਤ ਸਾਈਨ ਕਰਾਉਣੀ। ਨਹੀਂ 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 ਕਰੋ ਕਰੋ ਜਲਦੀ ਲਿਆ ਲਿਆ ਲਿਆ, ਬਸ ਜਲਦੀ ਕਰ ਦੇ, ਜਲਦੀ ਕਰ ਦੇ। ਕਿੱਥੇ ਕਰਨੇ? ਮੰਮੀ ਰੁਕੋ, ਤੈਨੂੰ ਕਾਹਦੇ ਵਾਸਤੇ ਰੋਕ ਕਾਹਦੇ ਤੇ ਸੈਨ ਕਰਦੇ ਪਏ ਜੇ? ਕਾਹਦੇ ਤੇ ਸੈਨ ਕਰਾਇਆ ਯਾਰ? ਨਹੀਂ ਕੋਈ ਨਹੀਂ, ਕੋਈ ਕਾਗਜ਼ ਹੀ ਆ ਗਿਆ, ਦੇਖ ਲੈਂਦੇ ਮੈਨੂੰ ਕਾਗਜ਼ ਹੀ ਆ। ਇਹਨੂੰ ਬੜਾ ਵਹਿਮ ਲੱਗਾ ਰਹਿੰਦਾ ਏ, ਉਹਦੇ ਘਰ ਵਾਲੇ ਦੇ ਕਾਗਜ਼ ਆ, ਕਦੀ ਸੈਨ ਕਰ ਦੋ। ਮੈਂ ਸੈਨ ਕਰਨ ਡਈ ਆ। ਆ ਵੇਖ ਲੈ ਬਜਿੰਦਰ ਆਪਣੀਆਂ ਕਰਤੂਤਾਂ ਤੋਂ ਬਾਹਰ ਆ ਜਾ, ਮੈਂ ਤੈਨੂੰ ਕਹਿਣ ਦੀ ਮੈਂ ਕੀ ਕੀਤਾ, ਤੂੰ ਮੇਰੀ ਫਾਈਲ ਨੂੰ ਹੱਥ ਕਿਉਂ ਲਾਇਆ? ਇਹ ਤੇਰੀ ਫਾਈਲ ਨਹੀਂ ਆ ਮੰਮੀ, ठीक है जे मान लो मेरे को सैन करवा लिया तो समझ ओदा हिस्सा चले गया, ताडा हिस्सा नहीं बनता। मम्मी हिस्सा वा तो सहमति ना लवे, सारे नु बिठावे ते फिर अपना हिस्सा मंगे। ऐदा फ्रॉड ना साइन नहीं कराई। कोई फ्रॉड नहीं कीता उन्हें, साडा भी घर आ, अही किथों अपने गुजारे कर। कोई घर ना घर नहीं हैगा, ए घर मेरा है ते ए मेरा भी बराबर घर है, मैं इस घर दी कुड़ी आ, ते सानू काज लई इथे लेके आई, साडा घर ही नहीं है ते साडा घर केड़ा? कोई घर नहीं हैगा। जुबान देखो एदी,
मैं तो जबान चलानी है जिदा सारा कुछ लुटी जान दी है। तू वड्डी शिपली बनी है तू प्यार ना मेरे ना तमीज दे नाल गल कर मेनू नहीं आती तमीज मुझ हुण आई वड्डी गल सुन ए मेरा घर आ मेरी धी का घर आ मेरा दिल चाहे जिन्नू मर्जी जायदाद दवा ना दवा इस तेरा कोई हक नहीं है चंगा मम्मी घर ता नहीं है जे मेरा घर नहीं है ना तो घर ता भी नहीं है घर फिर दस चंगी तू जवाब दिता आही जिहड़ी सगा ते है ना ए जिहड़ी हुणे गई आ लड़के यही मेरे उल्ट चलदी है कोई गल नहीं तू दस सैन कित्थे करने ते वीरे दे नहीं करवाने वीरे को ते होए पए आ वेखो हां अच्छा ठीक है और कित्थे थले 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 करो चलो ठीक है मम्मी मैं चली गई घर कदी नूंहां भी धीआं बंदियां जल्दी वापस तेन पता काम मेन करके मैं आई सी अच्छा अच्छा कोई टेंशन ना लवे चल ठीक है चलो ठीक है जो उन्होंने कहा सी काम करने वास्ते वो तो मैं करवा ही लिया है हुण भाबियां आउण ना आउण मैनू कोई परवाह नहीं हाय किन्ने ही दिन हो गए शरीर ठीक होंदा ना ही लैण दिया बलजिंदर नू भी इन्ने फोन किते कि बलजिंदर आ जा आ जा आ जा कन्नी आनी आनी पर आंदी ते है नहीं अच फिर ना फोन करा भला की कहती चल हाय 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 वोटियां तो फोन करन जोगी रही नहीं मैं मम्मी का फोन ये कहते घड़ी घड़ी फोन ही करी जाते हैं पता नहीं की गल हुई इन्होंने हैलो बलजिंदर हैलो हाँ जी मम्मी बलजिंदर मैं पुत तेन किन्ने फोन किए है क्या मैं ठीक नहीं है किन्ने दिन तो तेरा वीरा भी नहीं घर आन दिया तो तू आगे एक बार पूछ तो जा किस तरह मैं रहन दी मेरी धीए
एक बारी आ जरूर वेख के जा मेरी हालत की होई पई आ। हाय हाय मम्मा तानू की हो गया आ? तानू मेरी भी हालत दा पता है, मैं अपने घरों नहीं निकल सकती, मेरी भी मजबूरी आ। तू किस तरह दीआं गल्लां करन डई पुत, जदों तू मेरे को रोज पैसे लेने हुंदे सी, मेरे को कुछ ना कुछ मंगदी हुंदी सी, जायदाद अपने नाल वाले सी, मैं तो तेनों कुछ नहीं किया, मैं उसे वक्त तेरे ना करती सारा कुछ पुत, हुण तू क्यों नहीं आती? तेरे पिछे लग के मैं तेरिया भरजाइया नूं भी घरों कढ़ता, हुण वीरा भी नहीं तेरी मेरी बात पुछदा हैगा। आ जा मेरी धी वेलना, सियाणी धी बन के आ जा मेरे कोल। एक मिनट मम्मी, एक मिनट, जड़ा जायदाद का काम है ना, वो तुसी मेरे कहने नहीं किया, ये तुसी अपने जवाई दे कहने किया है, तेरे ही भाबिया की गल, तो भाबिया नूं मैं नहीं कढ़वाया करो, ताड़ी ते अपनी नहीं सी उहदे नाल बनदी, ते जो भी कुछ होया ना वो मेरे कहने नहीं होया, जो मैनू इन्होंने किया है मैं उस अकॉर्डिंग ही किया है, तो मैं नहीं आ सकती मम्मा, सॉरी। हैं, मेरी अपनी धी ने मेरा फोन कटता, ਇਹਦੇ ਕਰਕੇ ਤੇ ਇਹਦੇ ਘਰ ਵਾਲੇ ਕਰਕੇ ਮੈਂ ਆਪਣੀਆਂ ਨੂੰਹਾਂ ਨੂੰ ਮਾੜਾ ਚੰਗਾ ਕੰਦੀ ਰਹੀ ਹਾਂ। ਅੱਜ ਮੇਰੇ ਦੁੱਖ ਦੇ ਟਾਈਮ ਤੇ ਕੋਈ ਮੇਰੇ ਲਾਗੇ ਨਹੀਂ ਲੱਗਣ ਡਿਆ। ਹੇ ਮਨਾ, ਮਹਿਸੂਸ ਤੇ ਮੈਨੂੰ ਵੀ ਬੜਾ ਹੋਣ ਦਿਆ, ਆਖਿਰ ਹੈ ਤਾਂ ਮੇਰੀ ਮਾਂ ਹੀ ਆ ਨਾ ਉਹ, ਮੈਂ ਵੀ ਅੱਖਾਂ ਬੰਦ ਕਰਕੇ ਇਹਨਾਂ 'ਤੇ ਵਿਸ਼ਵਾਸ ਕਰਦੀ ਗਈ, ਇੱਕ ਵਾਰੀ ਨਹੀਂ ਸੋਚਿਆ कि ये मैनू सही करने लिए कह रहे हैं कि गलत करने लिए कह रहे हैं। मैनू तो लगता मैं अपने पेकियां का घर ही उजाड़ दिता इन्हां दे पिछे लग के। दिल तो मेरा भी करता है कि मैं मम्मी नू जावां मिलण वास्ते, बड़ियां आदत तो इन्हां नू हैगियां सी, है तो इन्हां ने मेरे भरा नू भी बिगाड़ छड्डिया सारा, मेरी छोटी जिहड़ी भाभी आ उह वी इन्हां दे दुखों इसे करके गई है घरों बाहर, तो मैं एक बार भी नहीं समझ पाई, मेरी मत उत्ते इहो जिहा पड़दा पिया सी कि मैं समझ नहीं पाई कि मेरा पेका घर सारा उजड़ता पिया आ। नशिया ने इहो जिहा इन्हां नूं गर्क कर दिता सी, इहो जिहा इन्हां दे मत ते पड़दा पा दिता कि इन्हां ने मेरे वीरे नूं भी इस साइड ते ला लिया। हाए मेरी माँ ते बहुत बीमार होई आ, बहुत बीमार होनी उहदे, मैं ते पता भी नहीं लैन जा सकदी, इक इन्हां ने मैनूं सहुं दित्ती होई आ भी तूं उधर जाणा ही नहीं गा, की करां मैं यार, मैं ते अपनी जगह मजबूर आ, बहुत वड्डी गलती कर ली मैं, बहुत वड्डी गलती, ती जवाई मगर लग के अपना घर ही सारा खराब कर बैठी है, मेरिया नूहां भी नहीं सी मिलना माड़िया, मैं की कर दूं, मैं कली रह गई, कली रह गई। मम्मी, शम्मी आ गई मेरी धी है। मम्मी तेनू कितना पता लगा धीए? मम्मी गुरविंदर का फोन आया सी, की होया की है तुहानू? ਪਤਾ ਨਹੀਂ ਕੀ ਗੱਲ, ਕਿੰਨੇ ਦਿਨਾਂ ਤੋਂ ਮੈਂ ਬਿਮਾਰ ਹੈਗੀ ਆ, ਤੇ ਤੁਸੀਂ ਮੈਨੂੰ ਫੋਨ ਕਰ ਦੇਣਾ ਸੀ ਸਿੱਧਾ। ਫੋਨ ਕਿਸ ਮੂੰਹ ਨਾਲ ਕਰਦੀ ਤੈਨੂੰ ਮੈਂ, ਕਿਸ ਮੂੰਹ ਨਾਲ ਤੈਨੂੰ ਮੈਂ ਫੋਨ ਕਰਦੀ? ਕੋਈ ਗੱਲ ਨਹੀਂ ਮੰਮੀ, ਹੁਣ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ, ਕੋਈ ਗੱਲ ਨਹੀਂ, ਅੱਗੇ ਠੀਕ ਨਹੀਂ ਹੋ। ਬਲਜਿੰਦਰ ਨੂੰ ਵੀ ਮੈਂ ਬੜੇ ਫੋਨ ਕੀਤੇ। ਹਾਂ ਫੇਰ? ਪ੍ਰੋਣੇ ਨੂੰ ਵੀ ਬੜੇ ਫੋਨ ਕੀਤੇ, ਉਹਨੇ ਵੀ ਮੇਰਾ ਫੋਨ ਨਹੀਂ ਚੁੱਕਿਆ। ਕਿਉਂ, ਕੀ ਗੱਲ? ਬਲਜਿੰਦਰ ਨੇ ਵੀ ਮੇਰਾ ਫੋਨ ਚੁੱਕ ਕੇ ਮੇਰੀ ਸਮਾਂ ਬੇਇੱਜ਼ਤੀ ਕਰਦੀ ਕਿ ਮੈਂ ਨਹੀਂ ਆ ਸਕਦੀ ਮੰਮੀ ਡੰਡੇ ਘਰ, ਮੈਂ ਨਹੀਂ ਆ ਸਕਦੀ। चोरी चोरी पता नहीं की कुछ कर दी है। एक बारी नहीं आई, एक बारी नहीं इन्हें फोन किए, सारा घर लटा के हूं तीन अखा खुलिया बदल गई ना, मैं कुछ ते नहीं हूं देना, मैं ताडे हक वास्ते आप खड़ी होवांगी, मैं लड़ांगी, ताडा हक तुहानूं दवा के रहांगी बच्चिओ, ताडा हक दवा के रहांगी। चलो कोई गल नहीं, हुण तुसीं ठीक नहीं हो, पहले अपनी दवाई दे लो, कोई गल नहीं, आपे मारा सब कुछ ठीक करेगा। एक ना मेरी रिक्वेस्ट है जी, काशवी फूड हट चैनल है, तो यह वो तो वधिया डिशिज़ तैयार करते हैं, तो इन्हों की डिशिज़ नूं तुसी जरूर देखिया करो और इन्हों का चैनल सबसक्राइब करो, तो कमेंट करके इन्हों दसिया करो कि इन्हों डिशिज़ जिहड़ियां ने तुहानूं किदां दीआं लगदीआं ने, तो मैं इन्हों दे लिंक जिहड़ा है डिस्क्रिप्शन च मैनशन कर दिता है, तो वध सपोर्ट करो और मेरे चैनल नूं भी वध तो वध सपोर्ट करो, तो बहुत उम्मीद आ तुहाडे तों कि तुसी साडा साथ दोगे दोनों चैनलों का। थैंक यू सो मच जी।